ਸ਼ਿਆਕਾਲ ਆਦਾਬ ਨਮਸਕਾਰ ਖੈਰ ਮਕਦਮ ਤੇ ਇਸਤਕਬਾਲ ਹਾਊ ਆਰ ਯੂ ਕੀ ਹੈ ਤੁਹਾਡਾ ਸਾਰਿਆਂ ਦਾ ਹਾਲ ਚਾਲ ਮੈਂ ਗੁਲਾਬੋ ਸਿੱਧੀ ਪੰਜਾਬੋ ਲੈ ਕੇ ਪ੍ਰੋਗਰਾਮ ਗੱਲਾਂ ਵਿਦ ਗੁਲਾਬੋ ਇੱਕ ਵਾਰ ਫਿਰ ਹਾਜ਼ਰ ਨਾਜ਼ਰ ਫੁੱਲਾ ਬਰਾਬਰ ਕੀ ਹਾਲ ਚਾਲ ਹੈ ਜੀ ਤੁਹਾਡਾ ਸਾਰਿਆਂ ਦਾ ਗਲੋਬਲ ਪੰਜਾਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਨਾ ਇੱਕ ਵਾਰੀ ਇਹ ਬੜਾ ਪਿਆਰਾ ਜਿਹਾ ਗਾਣਾ ਮੈਂ ਤੁਹਾਡੇ ਲਈ ਪੇਸ਼ ਕਰ ਰਿਹਾ ਜੀ ਮੇਰੀ ਬੇਹੱਦ ਮਿੱਠੀ ਜਿਹੀ ਆਵਾਜ਼ ਦੇ ਵਿੱਚ ਆਹ ਗਾਣਾ ਸੁਣੋ ਉਹ USA ਦੀ ਗੋਰੀ ਤੇ ਇੱਧਰ ਜੱਟ ਬਠਿੰਡੇ ਦਾ ਉਹ USA ਦੀ ਗੋਰੀ ਤੇ ਇੱਧਰ ਜੱਟ ਬਠਿੰਡੇ ਦਾ USA ਦੇ ਨਹੀਂ ਉਹ ਲੰਡਨ ਦੀ ਗੋਰੀ ਹੈ ਉਹ ਇੱਕ ਮੇਰੀ ਗੱਲ ਸੁਣੋ ਤੁਹਾਡੀ ਵਾਲੀ ਜਿਹੜੀ ਗੋਰੀ ਸੀ ਉਹ ਸੀਗੀ ਲੰਡਨ ਦੀ ਪਰ ਸਾਡੇ ਇੱਧਰ ਸਾਰੀਆਂ ਜਿਹੜੀਆਂ ਗੋਰੀਆਂ ਨੇ ਉਹ ਹੈਗੀਆਂ ਨੇ USA ਦੀਆਂ ਔਰ ਕੈਨੇਡਾ ਦੀਆਂ ਚਲੋ ਕੋਈ ਗੱਲ ਨਹੀਂ ਗੋਰੀ ਤਾਂ ਗੋਰੀ ਹੁੰਦੀ ਜਿੱਥੇ ਤੁਸੀਂ ਮਰਜ਼ੀ ਹੋਈ ਜੀ ਸਹੀ ਗੱਲ ਹੈ ਜੀ ਸਾਡੇ ਸਾਰੇ ਦਰਸ਼ਕ ਅੱਜ ਤੁਹਾਨੂੰ ਲਾਈਵ ਦੇਖ ਰਹੇ ਨੇ ਨਿਸ਼ਾਨ ਭੁੱਲਰ ਜੀ ਅੱਜ ਗੱਲਾਂ ਵਿਦ ਗੁਲਾਬੋ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਲਾਈਵ ਹਾਜ਼ਰ ਨੇ ਔਰ ਜਿਹੜੇ ਵੀ ਸਾਡੇ ਕਾਲਰਸ ਇਹਨਾਂ ਦੇ ਨਾਲ ਲਾਈਵ ਗੱਲਬਾਤ ਕਰਨਾ ਚਾਹੁੰਦੇ ਨੇ ਕਿਉਂਕਿ ਇਹਨਾਂ ਦੇ ਬਹੁਤ ਸਾਰੇ ਗਾਣੇ ਮਕਬੂਲ ਹੋਏ ਔਰ ਗੱਲਾਂ ਦੇ ਬਾਅਦ ਕਰਾਂਗੇ ਪਹਿਲੇ ਮਿਲ ਤੇ ਲਓ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਨਿੱਘੀ ਜੀ ਆਇਆਂ ਨੂੰ ਸਾਡੇ ਸ਼ੋਅ ਦੇ ਵਿੱਚ ਆਹਾ ਸਤਿ ਸ਼੍ਰੀ ਅਕਾਲ ਜੀ ਤੁਸੀਂ ਬੁਲਾ ਦਿੱਤੀ ਮਿੱਠੀ ਮਿੱਠੀ ਜੀ ਤੁਹਾਡੇ ਗਾਣੇ ਬੜੇ ਮਿੱਠੇ ਮਿੱਠੇ ਜੇ ਬੜੇ ਪਿਆਰੇ ਪਿਆਰੇ ਔਰ ਬਹੁਤ ਮਸ਼ਹੂਰ ਹੋਏ ਨੇ ਤੁਹਾਡੇ ਕਾਫੀ ਸਾਰੇ ਗੀਤ ਤੇ ਕਿੱਦਾਂ ਦਾ ਲੱਗਦਾ ਬੜੇ ਫੇਮਸ ਹੋ ਗਏ ਉਸ ਤੋਂ ਬਾਅਦ ਉਦਾਂ ਦਾ ਹੀ ਲੱਗਦਾ ਜਿੱਦਾਂ ਦਾ ਪਹਿਲਾਂ ਲੱਗਦਾ ਸੀ ਮਤਲਬ ਫੀਲਿੰਗ ਬਦਲੀ ਨਹੀਂ ਉਦਾਂ ਦੀ ਉਦਾਂ ਹੈ ਹਾਂ ਮਤਲਬ ਜਿੱਦਾਂ ਦਾ ਇਨਸਾਨ ਹੋਵੇ ਐਕਚੁਅਲ ਦੇ ਵਿੱਚ ਉਦਾਂ ਦਾ ਰਹੇ ਤਾਂ ਚੰਗਾ ਲੱਗਦਾ ਜੀ ਬਿਲਕੁਲ ਸਹੀ ਗੱਲ ਹੈ ਰਿਐਲਿਟੀ ਜਿਹੜੀ ਹੁੰਦੀ ਹੈ ਉਹ ਉਦਾਂ ਦਾ ਹੀ ਰਹਿਣਾ ਚਾਹੀਦਾ ਸੋ ਦਰਸ਼ਕੋ 347-252-1232 ਇਹ ਸਾਡੀ ਡਾਇਰੈਕਟ ਫੋਨ ਲਾਈਨ ਨੰਬਰ ਹੈ ਜਿਸ ਦੇ ਉੱਤੇ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਔਰ ਅੱਜ ਸਾਡੇ ਪ੍ਰੋਗਰਾਮ ਦੇ ਵਿੱਚ ਲਾਈਵ ਨਿਸ਼ਾਨ ਭੁੱਲਰ ਜੀ ਜਿਨ੍ਹਾਂ ਦਾ ਇੱਕ ਗਾਣਾ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਮਤਲਬ ਵੈਸੇ ਤਾਂ ਸਾਰੇ ਗਾਣੇ ਬਹੁਤ ਪਸੰਦ ਕੀਤੇ ਪਰ ਉਹ ਗਾਣਾ ਬਹੁਤ ਜ਼ਿਆਦਾ ਤੇਰੀ ਫੋਟੋ ਕਿਉਂ ਨਹੀਂ ਭਗਤ ਸਿੰਘ ਲੱਗਦੀ ਨੋਟਾਂ 'ਤੇ ਇਹ ਗਾਣਾ ਸਾਰਿਆਂ ਨੇ ਬਹੁਤ ਜ਼ਿਆਦਾ ਪਸੰਦ ਕੀਤਾ ਸੀ ਇਸ ਤੋਂ ਪਹਿਲਾਂ ਕਿ ਕੋਈ ਦਰਸ਼ਕ ਕਵੇ ਮੈਂ ਖੁਦ ਹੀ ਕਹਿ ਦਊਂ ਕਿ ਦੋ ਲਾਈਨਾਂ ਸੁਣਾ ਦਿਓ ਜੀ ਜੀ ਬਿਲਕੁਲ ਬਿਲਕੁਲ ਗੱਲ ਸੁਣ ਭਗਤ ਸਿੰਘ ਸਰਦਾਰਾ ਜ਼ੁਲਮ ਨਾਲ ਲੜਨਾ ਪਊ ਦੁਬਾਰਾ ਮਾਰ ਚੌਂਕੜਾ ਚੋਰ ਨੇ ਬਹਿ ਗਏ ਸਾਡੀਆਂ ਵੋਟਾਂ ਤੇ ਹਾਂ ਤੇਰੀ ਫੋਟੋ ਕਿਉਂ ਨੀ ਭਗਤ ਸਿਆ ਲੱਗਦੀ ਨੋਟਾਂ ਤੇ ਹਾਂ ਤੇਰੀ ਫੋਟੋ ਕਿਉਂ ਨੀ ਭਗਤ ਸਿਆ ਲੱਗਦੀ ਨੋਟਾਂ ਤੇ ਵੈਸੇ ਇਸ ਗੀਤ ਤੋਂ ਬਾਅਦ ਨਾ ਬੜੇ ਸਾਰੇ ਪੰਜਾਬੀ ਜਿਹੜੇ ਸੀ ਉਹ ਕਹਿੰਦੇ ਸੀ ਐਕਚੁਅਲ ਦੇ ਵਿੱਚ ਗਾਣਾ ਬਿਲਕੁਲ ਸਹੀ ਗਾਇਆ ਹੈ ਕਿ ਭਗਤ ਸਿੰਘ ਜੀ ਦੀ ਫੋਟੋ ਲੱਗਣੀ ਚਾਹੀਦੀ ਹੈ ਨੋਟਾਂ ਤੇ ਹੈਨਾ ਉਹ ਸਾਡੇ ਪੰਜਾਬੀਆਂ ਵਾਸਤੇ ਮੇਰੇ ਖਿਆਲ ਨਾਲ ਇੱਕ ਤਰ੍ਹਾਂ ਦੇ ਨਾਲ ਸਟਾਰ ਹੀ ਨੇ ਹੈਨਾ ਜੀ ਬਿਲਕੁਲ ਬਿਲਕੁਲ ਅੱਛਾ ਮਾਈਂਡ 'ਚ ਕਿੱਦਾਂ ਆਇਆ ਸੀ ਕਿਉਂਕਿ ਅੱਜ ਕੱਲ੍ਹ ਤੇ ਆ ਰਿਹਾ ਉਹ ਤੈਨੂੰ ਦੁਨਾਲੀ ਨਾਲ ਤੈਨੂੰ ਉਹਦੇ ਨਾਲ ਮਾਰ ਦੂੰ ਉਹਦੇ ਨਾਲ ਮਾਰ ਦੂੰ ਇਹ ਕਿੱਦਾਂ ਆਇਆ ਸੀ ਥੋਟ ਮਾਈਂਡ 'ਚ ਇਹ ਐਕਚੁਅਲੀ ਗਲਾਬੋ ਜੀ ਇਹਦਾ ਇਹ ਸੀਗਾ ਕਿ ਮੈਨੂੰ ਪੜਨ ਦਾ ਕਾਫੀ ਸ਼ੌਕ ਹੈ ਤੇ ਮੇਰਾ ਜਿਹੜਾ ਸਰਕਲ ਉਹਨਾਂ ਨੂੰ ਵੀ ਕਾਫੀ ਸ਼ੌਕ ਹੈ ਤੇ ਬਸ ਇਹ ਕਈ ਵਾਰੀ ਡਿਸਕਸ਼ਨ ਚੱਲਦੀ ਗੱਲਾਂ ਚੱਲਦੀਆਂ ਉਹ ਬਸ ਗੱਲਾਂ ਕਰਦੇ ਕਰਦੇ ਤੇ ਇੱਕ ਆਈਡੀਆ ਬਣ ਗਿਆ ਵੀ ਅੱਛਾ ਵੀ ਐਦਾਂ ਦੀ ਗੱਲ ਵੀ ਹੋ ਸਕਦੀ ਵੀ ਇਹ ਵੀ ਹੋਣਾ ਚਾਹੀਦਾ ਉੱਥੋਂ ਇਹ ਗਾਣਾ ਉਧਰੋਂ ਦੀ ਤੇ ਇਹ ਗਾਣਾ ਤੁਸੀਂ ਆਪ ਲਿਖਿਆ ਨਹੀਂ ਨਹੀਂ ਇਹ ਪਾਲੀ ਕੇ ਦਰਵਾਜ਼ੇ ਤੇ ਲਿਖਿਆ ਹੋਇਆ ਅੱਛਾ ਪਾਲੀ ਕੇ ਉਹਨਾਂ ਦੇ ਬਹੁਤ ਸਾਰੇ ਪੰਜਾਬੀ ਆਪਾਂ ਗਾਣੇ ਸੁਣਦੇ ਅੱਛਾ ਇੱਕ ਉਹ ਜਿਹੜਾ ਗਾਣਾ ਤੁਹਾਡਾ ਆਇਆ ਸੀ ਉਹ ਲੰਡਨ ਦੀ ਗੋਰੀ ਤੇ ਅੱਜ ਕੱਲ ਉਹ ਲੰਡਨ 'ਚ ਹੀ ਰਹਿ ਰਹੀ ਹੈ ਨਿਸ਼ਾਨ ਭੁੱਲਰ ਜੀ ਨੂੰ ਲੈ ਕੇ ਆਏ ਹਾਂ ਔਰ ਸਾਡੇ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਬਹੁਤ ਵੱਡੇ ਵੱਡੇ ਸੈਲੀਬ੍ਰਿਟੀਜ਼ ਹਮੇਸ਼ਾ ਹੀ ਆਉਂਦੇ ਰਹਿੰਦੇ ਨੇ ਤੇ ਅਸੀਂ ਤੁਹਾਡੇ ਸਾਰਿਆਂ ਦੀ ਲਾਈਵ ਗੱਲਬਾਤ ਕਰਾਉਂਦੇ ਹਾਂ ਜਿਵੇਂ ਕਿ ਪਿਛਲੀ ਵਾਰ ਸਾਡੇ ਨਾਲ ਪਵਨ ਮਲਹੋਤਰਾ ਜੀ ਆਏ ਸੀ ਤੇ ਇਹ ਜਨਮ ਤੁਹਾਰੇ ਲੇਖੇ ਫਿਲਮ ਜਿਹੜੀ ਰਿਲੀਜ਼ ਹੋਈ ਅੱਛਾ ਰੀਸੈਂਟਲੀ ਤੁਸੀਂ ਦੇਖੀ ਹੋ ਫਿਲਮ ਮੈਂ ਦੇਖਣੀ ਹੈ ਜੀ ਦੇਖਣੀ ਹੈ ਜੀ ਹਲੇ ਹੋਰ ਰੀਸੈਂਟ ਫਿਲਮ ਕਿਹੜੀ ਦੇਖੀ ਹੈ ਮੈਂ ਯਾਦ ਨਹੀਂ ਆਉਂਦਾ ਕਾਫੀ ਟਾਈਮ ਹੋ ਗਿਆ ਦੇਖੀ ਨੂੰ ਕਾਫੀ ਟਾਈਮ ਹੋ ਗਿਆ ਦੇਖੀ ਨੂੰ ਮੈਂ ਪੀਕੇ ਦੇਖੀ ਸੀ ਅੱਛਾ ਪੀਕੇ ਹਾਂਜੀ ਪੀਕੇ ਫਿਰ ਪੀਕੇ ਦੇਖੀ ਸੀ ਸੋਫੀ ਦੇਖੀ ਸੀ ਉਹ ਫਿਲਮ ਦਾ ਨਾਮ ਹੀ ਕੁਦਰਤਨ ਇਹੋ ਜਿਹੀ ਹੈ ਲੇਕਿਨ ਫਿਲਮਾਂ ਦੀ ਆਪਾਂ ਗੱਲ ਤੇ ਆਏ ਆ ਤਾਂ ਤੁਸੀਂ ਵੀ ਫਿਲਮਾਂ ਕੀਤੀਆਂ ਇੱਕ ਇਹੋ ਜਿਹੀ ਫਿਲਮ ਕੀਤੀ ਜਿਹਨੂੰ ਕਿ ਨੈਸ਼ਨਲ ਅਵਾਰਡ ਵੀ ਮਿਲਿਆ ਹੈ ਨਾ ਨਾਬਰ ਉਸ ਫਿਲਮ ਦਾ ਨਾਮ ਸੀ ਉਸ ਫਿਲਮ ਦੇ ਬਾਰੇ ਸਾਨੂੰ ਥੋੜਾ ਜਿਹਾ ਕੁਝ ਦੱਸੋ ਉਸ ਫਿਲਮ ਬਾਰੇ ਆਲਮੋਸਟ ਤਾਂ ਪਤਾ ਹੀ ਹੈ ਜੀ ਸਾਰਿਆਂ ਨੂੰ ਜੀ ਤੇ ਉਹ ਰਾਜੀਵ ਸ਼ਰਮਾ ਜੀ ਦੀ ਡਾਇਰੈਕਟ ਕੀਤੀ ਹੋਈ ਫਿਲਮ ਤੇ ਉਹ ਇੱਕ ਮਤਲਬ ਐਸੇ ਬੇਸਡ ਦੇ ਉੱਤੇ ਸੀਗਾ ਜਿੱਦਾਂ ਇਲੀਗਲ ਇਮੀਗ੍ਰੇਸ਼ਨ ਦੇ ਉੱਤੇ ਬੇਸਡ ਸੀ ਸਬਜੈਕਟ ਉਹਦਾ ਤੇ ਉਹਨੂੰ ਮਤਲਬ ਅਸੀਂ ਜਦੋਂ ਬਣਾਇਆ ਉਸ ਫਿਲਮ ਨੂੰ ਉਹਦਾ ਜਿਹੜਾ ਕਨਸੈਪਟ ਜੋ ਸੋਚਿਆ ਰਾਜੀਵ ਭਾਜੀ ਤੇ ਅਸੀਂ ਮਿਲ ਕੇ ਇਕੱਠਿਆਂ ਨੇ ਤੇ ਬਸ ਉਦੋਂ ਹੀ ਐਂ ਲੱਗਿਆ ਵੀ ਇਹ ਗੱਲ ਕਰਨੀ ਚਾਹੀਦੀ ਹੈ ਸਾਡੇ ਨਾਲ ਇੱਕ ਲਾਈਵ ਕਾਲਰ ਵੀ ਨੇ ਆਪਾਂ ਉਹਨਾਂ ਨਾਲ ਵੀ ਗੱਲ ਕਰਦੇ ਹਾਂ ਹੈਲੋ
ਹੈਲੋ, ਸਤਿ ਸਤਿ ਸ਼੍ਰੀ ਅਕਾਲ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਜੀ, ਕਿੱਥੋਂ ਬੋਲ ਹਾਂਜੀ ਰਹੇ ਹੋ? ਗੁਲਾਬੋ ਜੀ, ਮੈਂ ਦਵਿੰਦਰ ਬੋਲ ਰਹੀ ਹਾਂ, ਯੂਐਸਏ ਕਨੈਕਟੀਕਟ ਤੋਂ। ਜੀ ਗੁਲਾਬੋ ਜੀ, ਤੁਹਾਨੂੰ ਬੜਾ ਜ਼ਿਆਦਾ ਮਿਸ ਕਰ ਰਹੀ ਸੀ ਦਵਿੰਦਰ ਜੀ। ਮੈਂ ਕੱਲ ਮੈਂ ਭੁੱਲ ਗਈ, ਪਤਾ ਮੇਰਾ ਦੂਸਰਾ ਸ਼ੋਅ ਆ ਰਿਹਾ ਸੀ, ਮੇਰੇ ਦਿਮਾਗ 'ਚ ਹੋਇਆ ਕਿ ਇਹਨਾਂ ਦਾ ਸ਼ੋਅ ਕੱਲ ਆਉਣਾ ਹੈ। ਉਹ ਜਦ ਸ਼ੋਅ ਚੱਲ ਪਿਆ ਮੈਂ ਦੇਖਿਆ, ਮੈਂ ਰਿਕਾਰਡ ਕੀਤਾ ਹੋਇਆ ਸੀ, ਮੈਂ ਰਿਕਾਰਡਿੰਗ ਤੋਂ ਬਾਅਦ 'ਚ ਦੇਖਿਆ। ਵਾਹ ਜੀ ਵਾਹ, ਕੀ ਬਾਤ ਹੈ, ਮੈਂ ਬੜਾ ਮਿਸ ਕੀਤਾ ਸੀ ਜੀ। ਥੈਂਕ ਯੂ ਸੋ ਮਚ ਜੀ, ਇਹਨਾਂ ਮਿਸ ਕਰਨ ਲਈ। ਪਰ ਅੱਜ ਦੇਖੋ ਆਪਾਂ ਨਿਸ਼ਾਨ ਭੁੱਲਰ ਜੀ ਨੂੰ ਲੈ ਕੇ ਆਏ ਹਾਂ ਸਾਡੇ ਪ੍ਰੋਗਰਾਮ ਦੇ ਵਿੱਚ, ਗੱਲ ਕਰੋ ਇਹਨਾਂ ਨਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ, ਵੈਲਕਮ ਟੂ ਦਾ ਸ਼ੋਅ। ਥੈਂਕ ਯੂ ਜੀ, ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਜੀ ਸਾਡੇ ਸ਼ੋਅ 'ਚ। ਹਾਂਜੀ ਹਾਂਜੀ, ਥੈਂਕ ਯੂ ਜੀ। ਵੈਸੇ ਤਾਂ ਤੁਹਾਡਾ ਹੀ ਹੈ ਜੀ, ਮੇਰੇ ਤਾਂ ਕਾਹਦਾ ਹੈ। ਨਹੀਂ, ਤੁਸੀਂ ਸਾਡੇ ਵਾਸਤੇ ਇੰਨੇ ਸੋਹਣੇ ਸੋਹਣੇ ਗਾਣੇ ਵਗੈਰਾ ਲੈ ਕੇ ਆਉਂਦੇ ਆ, ਸਾਡਾ ਦਿਲ ਖੁਸ਼ ਹੁੰਦਾ ਹੈ। ਬਿਲਕੁਲ ਜੀ, ਤੇ ਹੋਰ ਸਾਨੂੰ ਇਸ ਤੋਂ ਵਧੀਆ ਕੀ ਚਾਹੀਦਾ ਹੈ? ਬਿਲਕੁਲ ਜੀ, ਸਾਡੀ ਜੌਬ ਹੈ ਜੀ, ਤੇ ਅਸੀਂ ਤੁਹਾਡਾ ਦਿਲ ਖੁਸ਼ ਰੱਖਣਾ ਸਾਡੀ ਜੌਬ ਹੈ ਜੀ, ਤੇ ਖੁਸ਼ ਰੱਖਾਂਗੇ ਹਮੇਸ਼ਾ ਹੀ ਜੀ। ਹਾਂਜੀ, ਪਰਮਾਤਮਾ ਕਰੇ ਤੁਸੀਂ ਇਸ ਤਰ੍ਹਾਂ ਮਤਲਬ ਆਪਣਾ ਬਹੁਤ ਅੱਛੇ ਅੱਛੇ ਕੰਮ ਕਰਦੇ ਰਹੋ, ਤੁਹਾਨੂੰ ਪਰਮਾਤਮਾ ਬਹੁਤ ਜ਼ਿਆਦਾ ਤਰੱਕੀਆਂ ਦੇਵੇ, ਹਮੇਸ਼ਾ ਖੁਸ਼ ਰਹੋ। ਅੱਛਾ ਦਵਿੰਦਰ ਜੀ, ਤੁਸੀਂ ਗਾਣਾ ਨਿਸ਼ਾਨ ਜੀ ਦਾ ਕੋਈ ਗਾਣਾ ਉਹਨਾਂ ਤੋਂ ਸੁਣਨਾ ਚਾਹੋਗੇ? ਹਾਂਜੀ, ਕੋਈ ਵੀ ਸੁਣਾ ਦੋ ਮੈਨੂੰ, ਇੰਨਾ ਜ਼ਿਆਦਾ ਤੁਹਾਨੂੰ ਦੱਸਿਆ, ਮੈਂ ਕੋਈ ਗਾਣੇ ਇੰਨਾ ਜ਼ਿਆਦਾ ਹਲੇ ਸੁਣੇ ਨਹੀਂ ਆ ਜੀ। ਮੈਨੂੰ ਪਤਾ ਤੁਹਾਡੇ ਬਾਰੇ, ਮੈਨੂੰ ਤੁਹਾਡੀ ਨੇਚਰ ਵੀ ਪਤਾ, ਮੈਨੂੰ ਤੁਹਾਡੀ ਰਗ ਰਗ ਤੋਂ ਵਾਕਿਫ ਹਾਂ। ਥੈਂਕ ਯੂ ਗੁਲਾਬਾ ਜੀ। ਜੀ ਜੀ, ਆਪਾਂ ਕੋਈ ਵੀ ਪਿਆਰਾ ਜਿਹਾ ਗਾਣਾ ਆਪਾਂ ਦਵਿੰਦਰ ਜੀ ਨੂੰ ਜ਼ਰੂਰ ਸਾਰੇ ਸਾਰੇ ਦਰਸ਼ਕਾਂ ਨੂੰ ਸੁਣਾ ਦਈਏ। ਤੰਦ ਕੱਤਿਆ ਨਾ ਜਾਵੇ ਟੁੱਟੀ ਚਰਖੇ ਦੀ ਮਾਂ, ਤੰਦ ਕੱਤਿਆ ਨਾ ਜਾਵੇ ਟੁੱਟੀ ਚਰਖੇ ਦੀ ਮਾਲ, ਚੱਕ ਪੂਣੀਆਂ ਪਰਾਂ ਤੂੰ ਮੇਰੀ ਮਾਂ, ਨੀ ਅੱਜ ਆਉਣਾ ਸੱਜਣਾ ਨੇ, ਨੀ ਅੱਜ ਆਉਣਾ ਸੱਜਣਾ ਨੇ, ਤਾਈਓ ਬੋਲਦਾ ਬਨੇਰੇ ਉੱਤੇ ਕਾਂ, ਨੀ ਅੱਜ ਆਉਣਾ ਸੱਜਣਾ ਨੇ। ਵਾਹ ਜੀ ਵਾਹ, ਕੀ ਬਾਤ ਹੈ ਦਵਿੰਦਰ ਜੀ, ਸੁਣਿਆ? ਦਵਿੰਦਰ ਜੀ ਦੀ ਲਾਈਨ ਡਿਸਕਨੈਕਟ ਹੋ ਗਈ, ਮੈਨੂੰ ਲੱਗਦਾ ਉਹ ਟੀਵੀ ਲਗਾ ਕੇ ਤੇ ਹੁਣ ਗਾਣਾ ਸੁਣਨ ਲੱਗ ਗਏ ਹੋਣੇ ਆ, ਫਿਰ ਉਹ ਮੈਨੂੰ ਲੱਗਦਾ ਹੁਣ ਉਹ ਕਾਂ ਨੂੰ ਲੱਭਣ ਗਏ ਹੋਣੇ ਆ ਕਿਧਰੇ, ਪਰ ਉਧਰ ਤੇ ਕਾਂ ਲੱਭਣਾ ਵੀ ਹੈ ਨਹੀਂ। ਬੜੀ ਸਰਦੀ, ਬੜਾ ਅਲੱਗ ਜਿਹਾ ਇੱਕ ਮਤਲਬ, ਦੇਖੋ ਨਾ ਕਿੱਦਾਂ ਦਾ ਬਾਹਰ ਮਾਹੌਲ ਕਰਨਾ ਚਾਹੀਦਾ, ਬੰਦਾ ਆਪਦਾ ਕਾਂ ਆਪ ਹੀ ਲੈ ਜਾਏ ਉੱਥੇ, ਹੈ ਨਾ? ਆਹੋ ਸਹੀ ਗੱਲ ਹੈ, ਆਪਣਾ ਕਾਂ ਆਪੇ ਹੀ ਲੈ ਕੇ ਚੱਲ ਜਾਓ ਤੇ ਉਧਰ ਜਾ ਕੇ ਬਨੇਰੇ ਤੇ ਬਿਠਾਓ, ਲੋਕੀ ਫਿਰ ਦੇਖਣਗੇ ਓ ਮਾਈ ਗਾਡ ਵਾਟ ਇਜ਼ ਦਿਸ, ਇਦਾਂ ਹੀ ਹੋਊਗਾ ਬਾਹਰ ਤੇ। ਸੋ ਅੱਛਾ, ਇੱਕ ਤੁਸੀਂ ਫਿਲਮ ਹੋਰ ਕੀਤੀ, ਮੈਨੂੰ ਫਿਲਮ ਦਾ ਨਾਮ ਫੁੱਲ ਸੁਹੇ ਫੁੱਲ, ਸੁਹੇ ਫੁੱਲ ਜੀ ਹਾਂ, ਤੇ ਉਹ ਫਿਲਮ ਦੇ ਬਾਰੇ ਵੀ ਦੱਸੋ। ਆਉਣ ਵਾਲੀ ਫਿਲਮ ਹੈ ਨਾ ਤੁਹਾਡੀ? ਉਹ ਆਉਣ ਵਾਲੀ ਹੈ ਜੀ, ਉਹ ਮਾਰਚ ਐਂਡ ਜਾਂ ਅਪ੍ਰੈਲ ਪਹਿਲੇ ਹਫਤੇ ਤੱਕ ਉਹ ਆਉਣੀ ਹੈ। ਅੱਛਾ, ਤੇ ਕੌਣ ਨੇ ਡਾਇਰੈਕਟਰ ਉਸ ਫਿਲਮ ਦੇ? ਡਾਇਰੈਕਟਰ ਆਪਣੇ ਹੈਗੇ ਜੀ ਇੰਦਰਜੀਤ ਬੰਸਲ ਜੀ। ਅੱਛਾ ਜੀ, ਇੰਦਰਜੀਤ ਬੰਸਲ ਸਾਹਿਬ ਜੀ, ਬਿਲਕੁਲ। ਬੰਸਲ ਸਾਹਿਬ ਨੇ ਅੱਜ ਕੱਲ੍ਹ ਫਿਲਮਾਂ ਦੇ ਵਿੱਚ ਆਉਣਾ ਸ਼ੁਰੂ ਕਰਤਾ, ਨਹੀਂ ਤੇ ਫਿਰ ਇੱਕ ਅਲੱਗ ਹੀ ਕੰਮ ਹੁੰਦਾ ਸੀ ਇਹਦਾ, ਬਾਣੀਆਂ ਕੌਮ ਦਾ। ਬਿਲਕੁਲ ਬਿਲਕੁਲ ਬਿਲਕੁਲ। ਖੈਰ, ਤੇ ਕਿਸ ਸਬਜੈਕਟ ਤੇ ਹੈ ਸੁਹੇ ਫੁੱਲ? ਇਹ ਮਤਲਬ ਸਬਜੈਕਟ ਵੀ ਕਮਲਾ ਜੀ ਹੈ ਜੀ ਮੇਰੇ ਵਾਂਗੂ, ਤੇ ਬਾਕੀ ਦੇਖ ਕੇ ਪਤਾ ਲੱਗੂਗਾ ਬਸ। ਵੈਸੇ ਤਾਂ ਨਾ ਮਤਲਬ ਹਲੇ ਆਪਾਂ ਡਿਸਕਲੋਜ਼ ਨਹੀਂ ਕਰਨਾ ਚਾਹੁੰਦੇ, ਗੱਲ ਗੋਲਮੋਲ ਕਰ ਦਿੱਤੀ ਹੈ। ਖੈਰ, ਨਾਬਰਡ ਨੂੰ ਨੈਸ਼ਨਲ ਅਵਾਰਡ ਮਿਲਿਆ, ਬੜੀ ਵਧੀਆ ਗੱਲ ਸੀਗੀ। ਉਹ ਫਿਲਮ ਨੂੰ ਕਾਫੀ ਸਾਰੇ ਦਰਸ਼ਕਾਂ ਨੇ ਕਾਫੀ ਸਰਾਹਿਆ ਸੀ, ਸੋ ਅਸੀਂ ਇਹ ਉਮੀਦ ਕਰਦੇ ਹਾਂ ਕਿ ਸੁਹੇ ਫੁੱਲ ਵੀ ਵਧੀਆ ਤਰੀਕੇ ਦੇ ਨਾਲ ਫੁੱਲ ਖਿਲਾਊਗੀ। ਜੀ ਬਿਲਕੁਲ ਬਿਲਕੁਲ, ਕਾਫੀ ਸਾਰੇ ਫੈਸਟੀਵਲਸ ਤੇ ਗਈ ਹੈ ਇਹ, ਇਪਸਾ, ਅੱਛਾ, ਪਿਫ ਜੀ, ਤੇ ਨਿਊਯਾਰਕ, ਅਮਰੀਕਾ ਜੀ ਜੀ, ਤੇ ਬਾਕੀ ਹੋਰ ਅਸੀਂ ਟਰਾਈ ਕਰ ਰਹੇ ਹਾਂ ਵੀ ਹੁਣ ਵੀ ਹੋਰ ਫੈਸਟੀਵਲਸ ਤੇ ਭੇਜਣ ਦੀ ਫਿਲਮ ਨੂੰ ਜੀ। ਤੇ ਜਿਹੜੀ ਤੁਹਾਡੀ ਨਾਬਰ ਫਿਲਮ ਸੀਗੀ, ਹੈ ਨਾ, ਉਹਦੇ ਵਿੱਚ ਮੇਰੇ ਖਿਆਲ ਨਾਲ ਪਿਫ ਅਵਾਰਡਸ ਦੇ ਵਿੱਚ ਵੀ ਉਹ ਫਿਲਮ ਦਿਖਾਈ ਗਈ, ਔਰ ਫੈਸਟ ਵਗੈਰਾ ਦੇ ਵਿੱਚ ਵੀ ਹਰ ਜਗ੍ਹਾ ਪੰਜਾਬ ਦੇ ਵਿੱਚ। ਸੋ ਤੁਹਾਨੂੰ ਐਬਰੋਡ ਦੀ ਜਿਹੜੀ ਸਾਡੀ ਆਡੀਅੰਸ ਸੀ, ਉਹਨਾਂ ਤੋਂ ਕਿਹੋ ਜਿਹਾ ਰਿਸਪੌਂਸ ਮਿਲਿਆ, ਕਿਉਂਕਿ ਜਦੋਂ ਫਿਲਮ ਪਿਫ ਅਵਾਰਡ ਦੇ ਵਿੱਚ ਲੱਗੀ ਤਾਂ ਉਸ ਤੋਂ ਬਾਅਦ ਕਾਫੀ ਵਿਦੇਸ਼ਾਂ ਦੇ ਵਿੱਚ ਵਸੇ ਹੋਏ ਪੰਜਾਬੀਆਂ ਨੇ ਵੇਖੀ? ਬਿਲਕੁਲ, ਪੰਜਾਬੀ ਜਿੱਥੇ ਵੀ ਹੈਗੇ ਆ, ਮਤਲਬ ਉਹ ਜਦੋਂ ਉਹਨਾਂ ਦੀ ਆਪਦੀ ਗੱਲ ਹੁੰਦੀ ਹੈ ਤੇ ਉਹਨਾਂ ਨੇ ਉਸ ਗੱਲ ਨੂੰ ਮਤਲਬ ਐਪਰੀਸ਼ੀਏਟ ਕਰਨਾ ਹੀ ਕਰਨਾ ਹੁੰਦਾ ਹੈ। ਤੇ ਬਾਕੀ ਇਹ ਸਾਡੇ ਸਾਰੇ ਪੰਜਾਬ ਦੀ ਜਵਾਨੀ ਦੀ ਗੱਲ ਸੀ ਨਾਬਰ ਦੇ ਵਿੱਚ, ਤੇ ਕਿਉਂਕਿ ਜਿਹੜੇ ਉੱਥੇ ਬੈਠੇ ਆ ਉਹਨਾਂ ਨੂੰ ਪਤਾ ਹੈ ਬਾਹਰ ਦੀਆਂ ਦੁੱਖ ਤਕਲੀਫਾਂ ਦਾ ਵੀ ਪਤਾ ਹੈ, ਤੇ ਜਿਹੜੇ ਪਹਿਲਾਂ ਪੁਰਾਣੇ ਗਏ ਆ, ਜਿਹੜੇ ਜਿਹੜੇ ਗਲਤ ਤਰੀਕੇ ਨਾਲ ਗਏ, ਉਹਨਾਂ ਨੂੰ ਉਹ ਵੀ ਪਤਾ ਹੈ ਵੀ ਕਿੰਨੇ ਕੁ ਤੰਗ ਹੋ ਕੇ ਪਹੁੰਚੇ, ਤੇ ਉਹ ਚੀਜ਼ਾਂ ਸਾਰੀਆਂ ਮਤਲਬ ਸਾਰਿਆਂ ਨੇ ਫਿਲਮ ਨੂੰ ਬਹੁਤ ਜ਼ਿਆਦਾ ਐਪਰੀਸ਼ੀਏਟ ਕੀਤਾ। ਔਰ ਸਬਜੈਕਟ ਹੀ ਇੱਦਾਂ ਦਾ ਸੀਗਾ, ਮਤਲਬ ਮੈਂ ਇਹ ਨਹੀਂ ਕਹਿੰਦਾ ਮੈਂ ਮੇਰੀ ਫਿਲਮ ਹੈ ਤਾਂ ਕਰਕੇ, ਉਹ ਕਿਸੇ ਦੀ ਵੀ ਹੁੰਦੀ ਫਿਲਮ ਉਹ ਇੰਨੀ ਐਪਰੀਸ਼ੀਏਟ ਹੋਣੀ ਸੀ। ਬਿਲਕੁਲ ਜੀ, ਇੱਕ ਕਾਲਰ ਸਾਡੇ ਨਾਲ। ਹੈਲੋ, ਜੱਟ ਦੇ ਤਫੋੜੇ ਉੱਤੇ ਵੱਜੇ ਚਮਕੀਲਾ ਨੀ ਤੂੰ ਸੁਣਦੀ ਸ਼ਕੀਰਾ ਝੂਮ ਝੂਮ ਗੋਰੀਏ, ਸਾਡੇ ਆ ਹੱਡਾਂ ਦੇ ਵਿੱਚ ਰੱਜ ਗਈ ਸ਼ਰਾਬ ਹੈ ਨੀ, ਤੇਰੇ ਆ ਹੱਡਾਂ ਚ ਪਰਫਿਊਮ ਗੋਰੀਏ, ਸਾਡੇ ਫੋੜੇ ਉੱਤੇ ਨਿੱਤ ਵਜੇ ਚਮਕੀਲਾ ਹੈ ਨੀ ਤੇਰੇ ਆਹੜਾ। ਵਾਹ ਜੀ ਵਾਹ ਵਾਹ, ਭੁੱਲ ਗਏ ਗਾਣੇ ਦਾ ਹੁਣ ਕੀ ਲਾਜ ਹੋਣਾ ਜੀ, ਦੱਸੋ ਜੀ। ਹਾਂਜੀ, ਸਾਡੇ ਸ਼ੌਕ ਕੁੱਕੜ ਕਬੂਤਰ ਤੇ ਘੋੜੀਆਂ ਨੀ, ਤੇਰੇ ਸ਼ੌਕ ਆਉਡੀਆਂ ਫਰਾਰੀਆਂ,
ਤੜਕੇ ਸਵੇਰੇ ਬਾਪੂ ਖੇਤ ਤੋਰ ਦੇਵੇ ਕਈਆਂ ਦਾਤੀਆਂ ਜ਼ਮੀਨਾਂ ਨਾਲ ਯਾਰੀਆਂ ਖੁੱਲੇ ਦਿਲ ਸਾਡੇ ਨਾਲ ਖਰਚੇ ਵੀ ਖੁੱਲੇ ਐਵੇਂ ਸਮਝੀ ਨਾ ਮਿੱਤਰਾਂ ਨੂੰ ਸੂਮ ਗੋਰੀਏ ਜੱਟ ਦੇ ਤਾਂ ਫੋੜੇ ਉੱਤੇ ਵੱਜੇ ਚਮਕੀਲਾ ਹੈ ਨੀ ਤੂੰ ਸੁਣਦੀ ਸ਼ਕੀਰਾ ਝੂਮ ਝੂਮ ਗੋਰੀਏ ਵਾਹ 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 ਕੀ ਬਾਤ ਹੈ ਤੁਸੀਂ ਗਾ ਰਹੇ ਸੀ ਤੇ ਫਿਰ ਮੈਂ ਇਦਾਂ ਇਦਾਂ ਨਾਲ ਕਰ ਰਹੀ ਸੀ ਚਲੋ ਵਧੀਆ ਹੋ ਗਿਆ ਜੇ ਤੁਸੀਂ ਜ਼ਰੂਰੀ ਹੈ ਮੈਂ ਘੱਟ ਹੀ ਦਿੰਦਾ ਜੀ ਜੀ ਸਤਿ ਸ਼੍ਰੀ ਅਕਾਲ ਥੈਂਕ ਯੂ ਸੋ ਮਚ ਫਾਰ ਕਾਲਿੰਗ ਔਰ ਇਸ ਤੋਂ ਬਾਅਦ ਸਾਡੇ ਨਾਲ ਸਾਡੇ ਅਗਲੇ ਕਾਲਰ ਹੈਲੋ ਹੈਲੋ ਉਹ ਨਹੀਂ ਜੀ ਐਕਚੁਅਲੀ ਕੀ ਹੈ ਕਿ ਹੁਣੇ ਫਿਲਹਾਲ ਆਪਾਂ ਨੂੰ ਕਾਲ ਜਿਹੜੀ ਉਹ ਡਿਸਕਨੈਕਟ ਕਰਨੀ ਪਈ ਲੇਕਿਨ ਆਪਾਂ ਇਹਨਾਂ ਦੇ ਨਾਲ ਦੁਬਾਰਾ ਕਨੈਕਸ਼ਨ ਜੋੜਾਂਗੇ ਸਾਡੇ ਸਾਰੇ ਦਰਸ਼ਕਾਂ ਨੂੰ ਪਤਾ ਫਿਲਹਾਲ ਵਿਲਾ ਹੋ ਗਿਆ ਇੱਕ ਨਿੱਕੂ ਜਿਹੀ ਟਿੰਨੀ ਜਿਹੀ ਮਿੰਨੀ ਜਿਹੀ ਨਿੰਨੂ ਜਿਹੀ ਬ੍ਰੇਕ ਦਾ ਮਿਲਦੇ ਆ ਬ੍ਰੇਕ ਤੋਂ ਬਾਅਦ ਫਿਰ ਚਲੀਆਂ ਜਾਂਦੀਆਂ ਨੇ ਅੱਛਾ ਨਿਸ਼ਾਨ ਜੀ ਆਪਾਂ ਸਾਰੇ ਵਿਦੇਸ਼ੀ ਕਾਲਜ ਦੇ ਨਾਲ ਤੇ ਗੱਲ ਕਰ ਰਹੇ ਹਾਂ ਇਹ ਗੱਲ ਦੱਸੋ ਵਿਦੇਸ਼ਾਂ ਦਾ ਹਲੇ ਕਿੱਥੇ ਕਿੱਥੇ ਦਾ ਤਜਰਬਾ ਹੋਇਆ ਕਿੱਥੇ ਕਿੱਥੇ ਵਿਦੇਸ਼ਾਂ ਦਾ ਜੀ ਮੈਂ ਕੈਨੇਡਾ ਅਤੇ ਇੰਗਲੈਂਡ ਦਾ ਹੀ ਤਜਰਬਾ ਕੀਤਾ ਹਲੇ ਪਰ ਮੈਂ ਸ਼ੋਅ ਨਹੀਂ ਕਿਤੇ ਕਿਤੇ ਇੱਕੋ ਹੀ ਸ਼ੋਅ ਕੀਤਾ ਕੈਨੇਡਾ ਦੇ ਵਿੱਚੋਂ ਵੀ ਬਹੁਤ ਵਧੀਆ ਰਿਸਪੋਂਸ ਮਿਲਿਆ ਜੀ ਆਡੀਅੰਸ ਤਾਂ ਓਦਾਂ ਹੀ ਹੈ ਜੀ ਹਨਾ ਤੇ ਮਤਲਬ ਕਿਉਂਕਿ ਜਿਨ੍ਹਾਂ ਨੇ ਜਿਨ੍ਹਾਂ ਨੂੰ ਸੰਗੀਤ ਨਾਲ ਲਗਾਵ ਹੈ ਜਿਨ੍ਹਾਂ ਨੂੰ ਗਾਣੇ ਚੰਗੇ ਲੱਗਦੇ ਪ੍ਰਗਟ ਜੀ ਆਪ ਪ੍ਰਗਟ ਹੋਏ ਪਏ ਹੁਣ ਉੱਥੇ ਕਦੇ ਮੌਸਮ ਖਰਾਬ ਹੋ ਹੀ ਨਹੀਂ ਸਕਦਾ ਉਹ ਜਿਸ ਤਰ੍ਹਾਂ ਹੁਣ ਇੱਥੇ ਸ੍ਰੀਨਗਰ ਤੇ ਸ਼ਿਮਲੇ ਬਰਫ਼ ਪੈਣ ਡਈ ਹੈ ਤੇ ਪੰਜਾਬ ਨੂੰ ਤੇ ਕੋਈ ਫਰਕ ਨਹੀਂ ਇਹੋ ਨਿਊਯਾਰਕ ਵੱਲ ਬਰਫ਼ ਪੈਣ ਡਈ ਇੱਧਰ ਸਾਡੇ ਠੀਕ ਹੈ ਜੀ ਸਹੀ ਗੱਲ ਹੈ ਜੀ ਤੇ ਅੱਜ ਸਾਡੇ ਪ੍ਰੋਗਰਾਮ 'ਚ ਆਏ ਹੋਏ ਨੇ ਨਿਸ਼ਾਨ ਭੁੱਲਰ ਜੀ ਤੇ ਤੁਸੀਂ ਇਹਨਾਂ ਨਾਲ ਵੀ ਗੱਲ ਕਰ ਸਕਦੇ ਹੋ ਜੀ ਗੱਲ ਕਰੋ ਸਤਿ ਸ਼੍ਰੀ ਅਕਾਲ ਜੀ ਬੜਾ ਵਧੀਆ ਜੀ ਮੁੰਡਾ ਤੇ ਬੜਾ ਪਿਆਰਾ ਪਰ ਇਹਦੇ ਗੀਤ ਵੀ ਜੇ ਪਿਆਰੇ ਰਹੇ ਬੜਾ ਰੁਝਾਨ ਗੰਦਾ ਮੰਦਾ ਹੋ ਗਿਆ ਗੀਤਾਂ ਦਾ ਸੰਗੀਤਾਂ ਦਾ ਤੇ ਕਲਚਰ ਦਾ ਜੀ ਤੇ ਨਵਾਂ ਮੁੰਡਾ ਨਵੀਂ ਸੇਧ ਦਵੇ ਵੇਖੋ ਸਰਤਾਜ ਨੇ ਚੰਗਾ ਗਾਇਆ ਤੇ ਸਾਰੀ ਦੁਨੀਆਂ ਨੂੰ ਬਹਿ ਕੇ ਸੁਣੀ ਜਾਂਦੀ ਆ ਜੀ ਜੀ ਨੱਚਣ ਭੁੜਕਣ ਦੀ ਲੋੜ ਨਹੀਂ ਗਾਣੇ ਵਧੀਆ ਗਾਵੇ ਤੇ ਜਿਸ ਤਰ੍ਹਾਂ ਦਾ ਮੁੰਡਾ ਚੜ੍ਹਦੀ ਕਲਾ ਬੱਲੇ ਬੱਲੇ ਜੀ ਜੀ ਬਿਲਕੁਲ ਬਸ ਜਿੰਨੇ ਕੁ ਜੋਗੇ ਸੀਗੇ ਆਪਣੇ ਬਾਈ ਜੀ ਉਹਨੇ ਕੁ ਗਾਉਣ ਦੀ ਕੋਸ਼ਿਸ਼ ਕੀਤੀ ਹੈ ਫਿਲਮ ਵੀ ਉੱਦਾਂ ਦੀ ਕਰਨ ਦੀ ਕੋਸ਼ਿਸ਼ ਕੀਤੀ ਹੈ ਨਾਬਰ ਕੀਤੀ ਹੈ ਜੀ ਮੈਂ ਪਹਿਲਾਂ ਮੇਰਾ ਗਾਣਾ ਤੇਰੀ ਫੋਟੋ ਕਿਉਂ ਨਹੀਂ ਭਗਤ ਸਿੰਘ ਲੱਗਦੀ ਨੋਟਾਂ 'ਤੇ ਮੈਂ ਗਾਇਆ ਸੀਗਾ ਜੀ ਉਸ ਤੋਂ ਊਧਮ ਸਿੰਘ 'ਤੇ ਵੀ ਮੈਂ ਗਾਇਆ ਸੀ ਉਸ ਤੋਂ ਬਾਅਦ ਰਜਬ ਅਲੀ ਦੇ ਕਲਾਮ ਵੀ ਮੈਂ ਗਾਏ ਹੈ ਜੀ ਅਤੇ ਅੱਗੇ ਵੀ ਮੇਰੀ ਇੱਕ ਐਲਬਮ ਇੱਦਾਂ ਦੀ ਆ ਰਹੀ ਹੈ ਜੀ ਜਿੰਨਾ ਕੁ ਮੇਰੇ ਤੋਂ ਮਤਲਬ ਹੁੰਦਾ ਹੈ ਉਨਾ ਕੁ ਮੈਂ ਕਰਨ ਦੀ ਕੋਸ਼ਿਸ਼ ਜ਼ਰੂਰ ਕਰਦਾ ਜੀ 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 ਪ੍ਰਗਟ ਜੀ ਬਹੁਤ ਬਹੁਤ ਸ਼ੁਕਰੀਆ ਜੀ ਬਿਲਕੁਲ ਜੀ ਬਿਲਕੁਲ ਮੈਂ ਮੇਰੀ ਪੂਰੀ ਕੋਸ਼ਿਸ਼ ਰਹੂਗੀ ਜੀ ਮੈਂ ਤੁਹਾਡੀਆਂ ਉਮੀਦਾਂ ਤੇ ਖਰਾ ਉਤਰਾਂ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਕਾਲ ਕਰਨ ਦੇ ਲਈ ਇਸ ਤੋਂ ਬਾਅਦ ਸਾਡੇ ਅਗਲੇ ਕਾਲਰ ਸਾਡੇ ਨਾਲ ਜੁੜ ਚੁੱਕੇ ਨੇ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੌਣ ਬੋਲ ਰਿਹਾ ਹੈ ਕਿੱਥੋਂ ਬੋਲ ਰਹੇ ਹੋ ਅਵਤਾਰ ਸਿੰਘ ਬੋਲ ਰਿਹਾ ਨਿਊਯਾਰਕ ਤੋਂ ਜੀ ਅਵਤਾਰ ਜੀ ਗੱਲ ਕਰੋ ਨਿਸ਼ਾਨ ਭੁੱਲਰ ਜੀ ਦੇ ਨਾਲ ਹਾਂ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਮੈਂ ਤਾਂ ਇਹੀ ਕਹਿਣਾ ਚਾਹਾਂਗਾ ਨਿਸ਼ਾਨ ਭੁੱਲਰ ਜੀ ਨੂੰ ਕਿ ਜਿਹੜੇ ਵੀ ਗਾਣੇ ਗਾਣੇ ਆ ਆਪਣੇ ਪਰਿਵਾਰ ਦੇ ਵਿੱਚ ਬਹਿ ਕੇ ਘਰਾਂ ਵਿੱਚ ਬਹਿ ਕੇ ਸੁਣਨੇ ਵਾਲੇ ਚਾਹੀਦੇ ਆ ਜੀ ਜੀ ਨਾ ਕਿ ਐਵੇਂ ਥੋਕੀ ਸ਼ੋਹਰਤ ਲਈ ਆਦਨਾਂ ਦੀ ਸ਼ੋਹਰਤ ਲਈ ਜਿਹੜੇ ਆ ਨਾ ਜੀ ਜੀ ਅੱਜ ਕੱਲ੍ਹ ਜੋ ਤਰਿਆ ਉਹ ਨਹੀਂ ਹੋਣਾ ਚਾਹੀਦਾ ਜੀ ਜੀ ਜਿਹੜੇ ਚੰਗੇ ਗਾਣੇ ਆ ਉਹ ਲੌਂਗ ਟਾਈਮ ਤੱਕ ਬੰਦੇ ਦਾ ਨਾਂ ਯਾਦ ਰੱਖਿਆ ਜਾਂਦਾ ਜਿਹੜੇ ਚਾਰ ਦਿਨ ਦੀ ਸ਼ੋਹਰਤ ਹੈ ਤਾਂ ਐਵੇਂ ਲੋਕਾਂ ਕੋਲ ਗਾਣਾ ਖਾਣੇ ਵਾਲਾ ਕੰਮ ਹੁੰਦਾ ਬਾਕੀ ਹੋਰ ਤਾਂ ਪੱਲੇ ਕੁਛ ਨਹੀਂ ਪੈਂਦਾ ਜੀ ਜੀ ਬਿਲਕੁਲ ਜੀ ਤੁਹਾਡੇ ਸਾਰਿਆਂ ਦੀ ਸਲਾਹਾਂ ਜਿਹੜੀਆਂ ਨੇ ਕਲਾਕਾਰਾਂ ਨੂੰ ਮਿਲਦੀਆਂ ਨੇ ਆਰਟਿਸਟ ਨੂੰ ਤੇ ਉਸ ਤੋਂ ਬਾਅਦ ਕਾਫੀ ਆਪਾਂ ਵੀ ਮੋਟੀਵੇਟ ਹੁੰਦੇ ਆ ਕਿ ਚੰਗਾ ਕੰਮ ਕਰੀਏ ਹੈ ਨਾ ਬਾਕੀ ਇਹ ਪਤਾ ਕੀ ਹੈ ਜੀ ਸਮਾਜ ਤਾਂ ਸਾਡੇ ਸਾਡੇ ਚ ਹੀ ਹੈ ਨਾ ਜੀ ਸਾਡੇ ਘਰੇ ਮਾਂ ਵੀ ਹੈ ਭੈਣ ਵੀ ਹੈ ਤੇ ਜੇ ਵਿਆਹ ਨਹੀਂ ਹੋਇਆ ਤਾਂ ਫਿਰ ਧੀਆਂ ਵਰਗੀਆਂ ਭਤੀਜੀਆਂ ਭਾਣੀਆਂ ਵੀ ਹੈਗੀਆਂ ਹੈ ਜੀ ਤੇ ਸਮਾਜ
ਅਸੀਂ ਸਮਾਜ ਦਾ ਇੱਕ ਹਿੱਸਾ ਹੈਗੇ ਆ ਹਨ ਤੇ ਬਾਕੀ ਕਈ ਵਾਰੀ ਐਦਾਂ ਦੀ ਗੱਲ ਹੋ ਜਾਂਦੀ ਹੈ ਕਈ ਵਾਰੀ ਗੱਲ ਮਨੋਰੰਜਨ ਤੱਕ ਰਹਿ ਜਾਂਦੀ ਹੁੰਦੀ ਹੈ ਪਰ ਫਿਰ ਵੀ ਜਿਹੜੀ ਇੱਕ ਲਿਮਿਟ ਹੈ ਜਿਹੜਾ ਇੱਕ ਦਾਇਰਾ ਉਹਨੂੰ ਮਤਲਬ ਰੱਖਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਵੀ ਇਸ ਦਾਇਰੇ ਤੋਂ ਬਾਹਰ ਨਾ ਜਾਇਆ ਜਾਵੇ ਤੇ ਬਾਕੀ ਤੁਹਾਡੀਆਂ ਜਿਹੜੀਆਂ ਸਲਾਮਾਂ ਉਹ ਸਿਰਮੱਥੇ ਜੀ ਹਮੇਸ਼ਾ ਹੀ ਕਿਉਂਕਿ ਤੁਸੀਂ ਹੀ ਸੁਣਨਾ ਤੇ ਤੁਹਾਡੇ ਵਾਸਤੇ ਹੀ ਗਾਣੇ ਹੁੰਦੇ ਆ ਜੀ 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 ਬਿਲਕੁਲ ਜੀ ਅੱਛਾ ਜੀ ਤੁਸੀਂ ਹੋਰ ਕੁਛ ਕਹਿਣਾ ਚਾਹੋਗੇ ਜੀ ਬਸ ਦੋ ਲਾਈਨਾਂ ਸੁਣਾਉਣੀ ਚਾਹੁੰਦਾ ਮੈਂ ਜੀ ਵਾਹ ਕੀ ਬਾਤ ਹੈ ਪਹਿਲਾਂ ਮੈਂ ਪਹਿਲਾਂ ਤਾਲੀਆਂ ਮਾਰ ਦਿੰਦੀ ਆ ਐਪਰੀਸ਼ੀਏਬਲ ਜੀ ਜ਼ਰੂਰ ਸੁਣਾਓ ਉੱਠ ਜਾਗ ਮੁਸਾਫਰ ਤੂੰ ਹੋਈ ਪਾਰ ਨਗਾਰੇ ਵੱਜੇ ਜੋ ਕਰਨਾ ਅੱਜ ਕਰ ਲੈ ਜੋ ਕਰਨਾ ਕੱਲ ਅੱਜੇ ਗਫਲਤ ਵਿੱਚ ਬੀਤ ਗਿਆ ਮੁੜ ਕੇ ਹੱਥ ਨੀ ਆਉਣਾ ਬੇਲਾ ਹੈ ਆਉਣ ਜਾਣ ਬਣਿਆ ਨੀਏ ਚੌਂਕ ਦਿਨਾਂ ਦਾ ਮੇਲਾ ਹੈ ਆਉਣ ਜਾਣ ਬਣਿਆ ਦੁਨੀਏ ਚੌਂਕ ਦਿਨਾਂ ਦਾ ਮੇਲਾ ਬਹੁਤ ਅੱਛੀ ਵਾਹ ਜੀ ਵਾਹ ਕੀ ਬਾਤ ਹੈ ਤੁਸੀਂ ਹੁਣ ਜਲਦੀ ਦੇ ਨਾਲ ਗਾਣਾ ਰਿਲੀਜ਼ ਕਰ ਦਿਓ ਜੀ ਨਿਸ਼ਾਨ ਭੁੱਲਰ ਜੀ ਦੇ ਨਾਲ ਅਸੀਂ ਗੱਲਬਾਤ ਕਰੇ ਤੇ ਨਿਸ਼ਾਨ ਜੀ ਕੁਛ ਕਹਿਣਾ ਚਾਹੋਗੇ ਆਡੀਅੰਸ ਵਾਸਤੇ ਤੁਸੀਂ ਬਸ ਜੀ ਮੈਨੂੰ ਗੱਲਾਂ ਬਹੁਤ ਘੱਟ ਆਉਂਦੀਆਂ ਮੈਂ ਇਹਨਾਂ ਨੇ ਆਪਣੇ ਸ਼ੋਅ ਵਾਸਤੇ ਮੈਨੂੰ ਕਿਡਨੈਪ ਕੀਤਾ ਸਵੇਰੇ 5 ਵਜੇ ਠੀਕ ਹੈ ਜੀ ਉਠਾ ਕੇ ਧੱਕੇ ਨਾਲ ਪੈਂਟੀ ਪੈਂਟਿੰਗ ਕਰਕੇ ਤੇ ਲਿਆ ਖੜਾਤਾ ਜੀ ਬਸ ਇਹੀ ਹੈ ਦੇਖੋ ਕਿੰਨੇ ਆਰਾਮ ਨਾਲ ਦੱਸ ਰਹੇ ਕਿ ਅਸੀਂ ਇਹਨਾਂ ਨੂੰ ਕਿਡਨੈਪ ਕਰਕੇ ਲੈ ਕੇ ਆਏ ਹਾਂ ਔਰ ਸਾਡੇ ਪ੍ਰੋਗਰਾਮ ਦੇ ਵਿੱਚ ਜਦੋਂ ਕਿਡਨੈਪਿੰਗ ਹੁੰਦੀ ਹੈ ਤਾਂ ਫਿਰ ਗੱਲਾਂ ਦੇ ਪਕੌੜੇ ਤਲਨੇ ਪੈਂਦੇ ਆ ਅੱਛਾ ਨਿਸ਼ਾਨ ਜੀ ਆਈ ਨੋ ਦੈਟ ਕੀ ਤੁਸੀਂ ਘੱਟ ਗੱਲਾਂ ਕਰਦੇ ਹੋ ਬਟ ਜਿੱਦਾਂ ਅੱਜ ਕੱਲ੍ਹ ਜਾਂ ਆਪਾਂ ਦੇਖੀਏ ਹੈ ਨਾ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਨੇ ਇੰਡਸਟਰੀ ਆਪਾਂ ਜਦੋਂ ਇਕੱਠੇ ਹੋ ਕੇ ਬਹਿੰਦੇ ਹਾਂ ਇੱਕ ਦੂਜੇ ਦੇ ਨਾਲ ਸੋ ਤੁਹਾਡਾ ਫੇਵਰੇਟ ਸਬਜੈਕਟ ਕੀ ਹੁੰਦਾ ਜਿਹਦੇ ਉੱਤੇ ਤੁਸੀਂ ਡਿਸਕਸ ਕਰਨਾ ਚਾਹੁੰਦੇ ਹੋ ਕਿਉਂਕਿ ਆਪਾਂ ਉਰੇ ਪਰੇ ਦੀਆਂ ਬਹੁਤ ਸਾਰੀਆਂ ਗੱਲਾਂ ਕਰਦੇ ਹਾਂ ਪਰ ਕਈ ਲੋਕੀ ਪਰਸਨਲੀ ਇੰਡੀਵਿਜੁਅਲੀ ਸੋਚਦੇ ਨੇ ਕਿ ਇਹੀ ਟੌਪਿਕ ਹੋਵੇ ਟੌਪਿਕ ਤਾਂ ਵੈਸੇ ਤਾਂ ਜਿਵੇਂ ਸਮਾਜ ਨਾਲ ਜੁੜਿਆ ਕੋਈ ਵੀ ਟੌਪਿਕ ਹੋ ਸਕਦਾ ਪਰ ਮੈਨੂੰ ਜ਼ਿਆਦਾ ਵਧੀਆ ਲੱਗਦਾ ਜਦੋਂ ਜਿਵੇਂ ਲਿਟਰੇਚਰ ਦੀ ਜਦੋਂ ਗੱਲ ਕਰਦੇ ਹਾਂ ਕੋਈ ਜਾਂ ਕੋਈ ਬੁੱਕਸ ਦੇ ਉੱਤੇ ਮਤਲਬ ਗੱਲ ਕਰਦੇ ਹਾਂ ਵੀ ਫਲਾਨੀ ਬੁੱਕਸ ਤੂੰ ਬੁੱਕ ਪੜ੍ਹੀ ਤੂੰ ਕਿੱਦਾਂ ਫਲਾਨੇ ਰਾਈਟਰ ਨੇ ਆਹ ਲਿਖਿਆ ਤੈਨੂੰ ਕਿੱਦਾਂ ਲੱਗਿਆ ਉਹ ਥੋੜ੍ਹਾ ਜਿਹਾ ਮੈਨੂੰ ਜ਼ਿਆਦਾ ਵਧੀਆ ਲੱਗਦਾ ਅੱਛਾ ਤੇ ਤੁਸੀਂ ਮਿਊਜ਼ਿਕ ਦੀ ਫੀਲਡ ਦੇ ਵਿੱਚ ਤੁਹਾਨੂੰ ਹੁਣ ਕਾਫੀ ਟਾਈਮ ਹੋ ਚੁੱਕਿਆ ਆਏ ਹੋਏ ਬਟ ਤੁਸੀਂ ਬੇਸਿਕ ਟ੍ਰੇਨਿੰਗ ਕਿੱਥੋਂ ਲਿੱਤੀ ਸੀ ਮੈਂ ਜੀ ਪਿੰਡ ਜੀ ਭਾਈ ਰੂਪਾ ਰਾਮਪੁਰਾ ਕੋਲੇ ਬਠਿੰਡੇ ਕੋਲੇ ਤੇ ਉੱਥੇ ਢਾਡੀ ਹੈ ਭਾਈ ਚਮਕੌਰ ਸਿੰਘ ਭਾਈ ਰੂਪਾ ਮੈਂ ਉਹਨਾਂ ਕੋਲ ਰਹਿ ਕੇ ਸਿੱਖਿਆ ਸੀ ਵਾਹ ਜੀ ਵਾਹ ਕੀ ਬਾਤ ਹੈ ਕਾਲਰ ਸਾਡੇ ਨਾਲ ਹੈਲੋ 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 ਸਤਿ ਸ਼੍ਰੀ ਅਕਾਲ ਜੀ ਜੀ ਸਤਿ ਸ਼੍ਰੀ ਅਕਾਲ ਜੀ ਕੌਣ ਬੋਲ ਰਿਹਾ ਕਿੱਥੋਂ ਬੋਲ ਰਹੇ ਹੋ ਮੈਂ ਸੁਰਿੰਦਰ ਸਿੰਘ ਸ਼ੇਰਪੁਰੀ ਜੀ ਓ ਸੁਰਿੰਦਰ ਜੀ ਆਈ ਵਾਸ ਮਿਸਿੰਗ ਯੂ ਸੋ ਮਚ ਕਿੱਥੇ ਸੀ ਤੁਸੀਂ ਇੰਨੇ ਦਿਨ ਦੇ ਓ ਮੈਂ ਤਾਂ ਇੱਥੇ ਸੀਗਾ ਜੀ ਤੁਹਾਡਾ ਪ੍ਰੋਗਰਾਮ ਮੈਂ ਦੇਖ ਰਿਹਾ ਸੀਗਾ ਰਿਕਾਰਡਿੰਗ ਚੱਲ ਰਿਹਾ ਸੀਗਾ ਤੇ ਅੱਛਾ ਪਰ ਮੈਂ ਸੰਧੂ ਸਾਹਿਬ ਨਾਲ ਗੱਲ ਕੀਤੀ ਸੀ ਹਾਂਜੀ 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 ਉਸ ਟਾਈਮ ਮੈਂ ਥੋੜਾ ਜਿਹਾ ਮੈਂ ਨਹੀਂ ਸੀ ਆ ਸਕੀ ਜੀ ਅੱਜ ਨਿਸ਼ਾਨ ਭੁੱਲਰ ਜੀ ਸਾਡੇ ਨਾਲ ਹੈ ਗੱਲ ਕਰੋ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਭਾਜੀ ਬਾਈ ਜੀ ਤੁਹਾਡਾ ਗਾਣੇ ਤੇ ਬਹੁਤ ਸੋਹਣੇ ਸਾਫ ਸੁਥਰੇ ਗਾਣੇ ਆ ਤੇ ਬਸ ਏਦਾਂ ਹੀ ਭਗਤ ਸਿੰਘ ਵਰਗੇ ਗਾਣੇ ਹੋਰ ਗਾਓ ਜੀ ਬਾਈ ਜੀ ਔਰ ਦੁਨੀਆਂ ਦੇ ਤੁਹਾਡਾ ਨਾਂ ਰੋਸ਼ਨ ਬਹੁਤ ਜ਼ਿਆਦਾ ਹੋਊਗਾ ਜੀ ਮਿਹਰਬਾਨੀ ਤੇ ਦੂਸਰੇ ਆਲੇ ਪਾਸੇ ਨਾ ਚਲੇ ਜਾਇਓ ਪਲੀਜ਼ ਨਹੀਂ ਜਾਂਦੇ ਬਾਈ ਜੀ ਬੇਫਿਕਰ ਰਹੋ ਸਾਡੀ ਦੇਵੀ ਤੋਂ ਆਇਆ ਤੁਸੀਂ ਬਹੁਤ ਸੋਹਣੇ ਲੱਗਦੇ ਹੋ ਔਰ ਵਧੀਆ ਗਾਇਕ ਲੱਗਦੇ ਹੋ ਥੈਂਕ ਯੂ ਬਾਈ ਜੀ ਇਦਾਂ ਹੀ ਗਾਉਂਦੇ ਰਹੋ ਬੜੀ ਮਿਹਰਬਾਨੀ ਜੀ ਥੈਂਕ ਯੂ ਜ਼ਰੂਰ ਇਦਾਂ ਹੀ ਗਾਉਂਗਾ ਜੀ ਮੈਂ ਇੱਕ ਵਾਰੀ ਫੇਰ ਸੁਣਾ ਦਿਓ ਤਾਂ ਬੜੀ ਮਿਹਰਬਾਨੀ ਹੋਊਗੀ ਗੱਲ ਮੈਂ ਊਧਮ ਸਿੰਘ ਸੁਣਾ ਦੇ ਊਧਮ ਸਿੰਘ ਸੁਣਾ ਦੇ ਹੋ ਕਿਸੇ ਕਿਸੇ ਕੋਲ ਹੁੰਦਾ ਕਾਲ ਜਾ ਊਧਮ ਸਿੰਘ ਜਿਹਾ ਮਿੱਤਰ ਕਰਕੇ ਵਿਖਾਇਆ ਉਹਨੇ 16 ਆਨੇ ਸੱਚ ਜੋ ਵੀ ਕਿਹਾ ਮਿੱਤਰ ਸਮੇਂ ਖੜ ਤਾੜ ਤਾੜ ਪੁੰਨਤਾ ਸੀ ਡਰ ਪਿੱਛੋਂ ਪੈ ਗਿਆ ਸੀ ਖੇਰਾ ਇੱਕ ਤੇ ਚਲਾਉਣੀ ਗੋਲੀ ਸੌਖੀ ਨਹੀਂ ਉਹ ਹੁੰਦੀ ਇਹਦੇ ਲਈ ਤਾਂ ਚਾਹੀਦਾ ਪਹਾੜ ਜਿੱਡਾ ਜੇਰਾ ਥੈਂਕ ਯੂ ਵਾਹ ਜੀ ਵਾਹ ਕੀ ਬਾਤ ਹੈ ਔਰ ਸੁਰਿੰਦਰ ਜੀ ਥੈਂਕ ਯੂ ਸੋ ਮਚ ਫਾਰ ਕਾਲਿੰਗ ਥੈਂਕ ਯੂ ਬਾਈ ਜੋਗ ਜੋਗ ਯਾ ਮਾਣੋ ਵਾਹ ਜੀ ਵਾਹ ਸਤਿ ਸ਼੍ਰੀ ਅਕਾਲ ਇਸ ਤੋਂ ਬਾਅਦ ਸਾਡੇ ਨਾਲ ਅਗਲੀ ਕਾਲਰ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੌਣ ਬੋਲ ਰਹੇ ਜੀ ਮੈਂ ਕੁਲਤਾਰ ਸਿੰਘ ਬੋਲਦਾ ਕੈਨੇਡਾ ਟੋਰਾਂਟੋ ਤੋਂ ਜੀ ਬਹੁਤ ਬਹੁਤ ਸਵਾਗਤ ਹੈ ਕੁਲਤਾਰ ਜੀ ਇਹ ਸਾਡੇ ਨਾਲ ਲਾਈਵ ਨਿਸ਼ਾਨ ਭੁੱਲਰ ਜੀ ਹਾਂਜੀ ਭੁੱਲਰ ਸਾਹਿਬ ਕੀ ਹਾਲ ਚਾਲ ਹੈ ਬਹੁਤ ਵਧੀਆ ਬਾਈ ਜੀ ਤੁਸੀਂ ਠੀਕ ਹੋ ਜੀ
ਮੈਂ ਪਹਿਲੀ ਵਾਰੀ ਤੁਹਾਡਾ, ਖੈਰ ਮੈਂ ਤਾਂ ਕਦੀ ਨਹੀਂ ਸੀ ਸੁਣਿਆ ਤੁਹਾਡਾ ਗਾਣਾ ਜੀ ਜੀ, ਬਟ ਅੱਜ ਹੀ ਮੈਨੂੰ ਪਤਾ ਲੱਗਿਆ ਤੁਹਾਡੇ ਬਾਰੇ, ਕਿਉਂਕਿ ਇੱਥੇ ਥੋੜਾ ਜਿਹਾ ਟਾਈਮ ਘੱਟ ਹੀ ਮਿਲਦਾ ਕੁਛ ਜੀ ਜੀ, ਮੇਰੀ ਵੀ ਮਤਲਬ ਅਕਾਊਂਟਿੰਗ ਦੀ ਫੀਲਡ ਹੈਗੀ ਆ ਤੇ ਟਾਈਮ ਨਹੀਂ ਮਿਲਦਾ ਇਹਨਾਂ ਕੰਮਾਂ ਦੇ ਲਈ। ਠੀਕ ਹੈ ਜੀ। ਤੇ ਅੱਜ ਮੇਰੀ ਬੇਟੀ ਨੇ ਸਪੈਸ਼ਲੀ ਰਿਕਮੈਂਡ ਕੀਤਾ ਹੈ ਕਿ ਤੁਸੀਂ ਫੋਨ ਕਰੋ ਜੀ, ਤੇ ਇਹਨਾਂ ਦਾ ਗਾਣਾ ਵੀ ਮੈਂ ਸੁਣਿਆ, ਤੇ ਵੀ ਤੁਸੀਂ ਇਹਨਾਂ ਨੂੰ ਫੋਨ ਕਰਕੇ ਕਹੋ ਕਿ ਇੱਕ ਵਾਰੀ ਉਹ ਗਾਣਾ ਦੁਬਾਰਾ ਗਾਣ ਭਗਤ ਸਿੰਘ ਵਾਲਾ। ਜੀ ਜ਼ਰੂਰ ਜੀ ਜ਼ਰੂਰ। ਗੱਲ ਸੁਣ ਭਗਤ ਸਿੰਘ ਸਰਦਾਰਾ, ਜ਼ੁਲਮ ਨਾਲ ਲੜਨਾ ਪਊ ਦੁਬਾਰਾ, ਮਾਰ ਚੌਂਕੜਾ ਚੋਰ ਨੇ ਬਹਿ ਗਏ ਸਾਡੀਆਂ ਵੋਟਾਂ ਤੇ, ਤੇਰੀ ਫੋਟੋ ਕਿਉਂ ਨੀ ਭਗਤ ਸਿਆ ਲੱਗਦੀ ਨੋਟਾਂ ਤੇ, ਤੇਰੀ ਫੋਟੋ ਕਿਉਂ ਨੀ ਭਗਤ ਸਿਆ ਲੱਗਦੀ ਨੋਟਾਂ ਤੇ। ਥੈਂਕ ਯੂ ਜੀ। ਹਾਂਜੀ, ਥੈਂਕ ਯੂ ਵੈਰੀ ਮਚ ਜੀ। ਤੇ ਇੱਕ ਸੈਕਿੰਡ ਲਈ ਮੇਰੀ ਬੇਟੀ ਨਾਲ ਗੱਲ ਕਰਿਓ ਜੀ। ਜੀ ਜ਼ਰੂਰ। ਸਾਡੇ ਊਧਮ ਸਿੰਘ ਜੀ ਦੇ ਔਰ ਭਗਤ ਸਿੰਘ ਜੀ ਦੇ ਉੱਤੇ ਗਾਣੇ ਜਿਹੜੇ ਵੀ ਤੁਸੀਂ ਗਾਏ ਉਹ ਦਰਸ਼ਕਾਂ ਨੇ ਬਹੁਤ ਜ਼ਿਆਦਾ ਐਪਰੀਸ਼ੀਏਟ ਕੀਤੇ। ਅੱਛਾ, ਤੁਹਾਨੂੰ ਕਿੱਦਾਂ ਦਾ ਫੀਲ ਹੁੰਦਾ ਹੈ ਜਦੋਂ ਸਪੈਸ਼ਲੀ ਭਗਤ ਸਿੰਘ ਜੀ ਦਾ ਸ਼ਹੀਦੀ ਦਿਵਸ ਹੋਵੇ ਜਾਂ ਜਨਮ ਦਿਨ ਹੋਵੇ, ਤੇ ਉਦੋਂ ਤੁਹਾਨੂੰ ਖਾਸ ਤੌਰ ਤੇ, ਮੈਂ ਜਿੱਥੇ ਤੱਕ ਨੋਟਿਸ ਕੀਤਾ ਹਮੇਸ਼ਾ ਸਾਰਿਆਂ ਦੀ ਕੋਸ਼ਿਸ਼ ਹੁੰਦੀ ਹੈ ਕਿ ਅੱਜ ਸਾਡੇ ਇੱਧਰ ਨਿਸ਼ਾਨ ਭੁੱਲਰ ਆਵੇ, ਹੈ ਨਾ ਜੀ? ਬਿਲਕੁਲ, ਮਤਲਬ ਉਹ ਤਾਂ ਸਾਰਿਆਂ ਵਾਸਤੇ ਹੀ, ਜਦੋਂ ਭਗਤ ਸਿੰਘ ਦਾ ਨਾਮ ਆਉਂਦਾ ਸਾਰੇ ਪੰਜਾਬੀਆਂ ਵਾਸਤੇ ਕਿ ਸਾਰੇ ਮੁਲਕ ਵਾਸਤੇ ਕਿ ਮਤਲਬ ਈਵਨ ਕਿ ਕਿਉਂਕਿ ਜਦੋਂ ਭਗਤ ਸਿੰਘ ਲੜਿਆ ਸੀ ਤਾਂ ਉਹ ਪਾਕਿਸਤਾਨ ਵੀ ਉਦੋਂ ਇੱਕੋ ਹੀ ਮੁਲਕ ਹੁੰਦਾ ਸੀਗਾ, ਪੂਰਾ ਭਾਰਤ ਹੀ ਹੁੰਦਾ ਸੀਗਾ, ਅਤੇ ਸਾਰਿਆਂ ਵਾਸਤੇ ਬੜੇ ਮਾਣ ਦੀ ਗੱਲ ਹੈ ਕਿ ਇੱਦਾਂ ਦਾ ਸੂਝਵਾਨ ਇਨਸਾਨ ਸਾਡੇ ਮੁਲਕ ਦੇ ਵਿੱਚ ਹੋਇਆ। ਮਤਲਬ ਇੱਕ ਛੋਟੀ ਜਿਹੀ, ਮਤਲਬ 20-22 ਸਾਲ ਦੀ ਉਮਰ 'ਚ, ਮਤਲਬ ਉਹਨੂੰ ਇੰਨੀਆਂ ਚੀਜ਼ਾਂ ਪਤਾ ਸੀਗੀਆਂ, ਉਹਨੂੰ ਉਹ ਗੱਲਾਂ ਪਤਾ ਸੀ ਜਿਹੜੀਆਂ ਸਾਨੂੰ ਅੱਜ ਨਹੀਂ ਪਤਾ। ਮਤਲਬ ਫਲਾਨੇ ਮੁਲਕ ਦੀ ਕਿੰਨੀ ਇਨਕਮ ਹੈ ਪਰ ਪਰਸਨ, ਉਹਨੂੰ ਉਦੋਂ ਪਤਾ ਸੀਗਾ, ਅੱਜ ਤੋਂ 100 ਸਾਲ ਪਹਿਲਾਂ ਸਾਨੂੰ ਅੱਜ ਨਹੀਂ ਪਤਾ। ਮਤਲਬ ਉਹ ਜੇਲ੍ਹ 'ਚ ਬੈਠੇ ਨੇ, ਉਹਨੇ ਇੰਨੀਆਂ ਕਿਤਾਬਾਂ ਪੜ੍ਹਤੀਆਂ ਸੀ। ਉਹਨੇ ਇੱਕ ਮੁੰਡੇ ਨੇ, ਨਵੇਂ ਮੁੰਡੇ ਨੇ ਗਾਣਾ ਗਾਇਆ, ਮੀਤ ਨਿਮਾਣ ਉਹਦਾ ਨਾਮ ਹੈ, ਕਹਿੰਦਾ ਕਿਤਾਬਾਂ ਚੁੱਕੋ ਬੰਦੂਕਾਂ ਸੁੱਟੋ, ਭਗਤ ਸਿੰਘ ਪੜ੍ਹਦਾ ਵੀ ਸੀ ਹਾਂਜੀ, ਅਸੀਂ ਸਿਰਫ ਇੱਕ, ਉਹਨਾਂ ਨੇ ਇੱਕੋ ਹੀ ਗੋਲੀ ਚਲਾਈ ਹੈ ਆਪਦੀ ਜ਼ਿੰਦਗੀ 'ਚ, ਅਸੀਂ ਸਿਰਫ ਉਸ ਨੂੰ ਲੈ ਕੇ ਆਪਦਾ ਬਣਾਇਆ ਹੋਇਆ ਵੀ ਜੀ 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 ਗੋਰੇ ਖੰਗੇ ਸੀ ਤਾਂ ਟੰਗੇ ਸੀ। ਇਸ ਤੋਂ ਬਾਅਦ ਸਾਡੇ ਨਾਲ ਇੱਕ ਕਾਲਰ, ਹੈਲੋ ਹੈਲੋ, ਲਾਈਨ ਡਿਸਕਨੈਕਟ ਹੋ ਗਈ ਹੈ, ਅੱਛਾ ਆਪਣੀ ਗੱਲ ਕੰਟੀਨਿਊ ਕਰੋ ਜੀ। ਤੇ ਬਾਕੀ ਜਦੋਂ ਦੇਖੋ ਜੀ, ਉਹ ਇੱਕ ਨਾ ਜਵਾਨੀ ਹੈ ਉਹ, ਤੇ ਭਗਤ ਸਿੰਘ ਜਵਾਨੀ ਦਾ ਨਾਮ ਹੈ ਜੀ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ ਜੀ, ਕਿੱਥੋਂ ਬੋਲ ਰਹੇ ਹੋ? ਮੈਂ ਕੱਲਾ ਬੋਲ ਰਿਹਾ ਤੋ ਜੀ, ਸੂਤਾ ਪਿਆਰਾ ਸਿੰਘ ਬੋਲ ਰਿਹਾ ਜੀ। ਜੀ ਪਿਆਰਾ ਸਿੰਘ ਜੀ, ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਸਵਾਗਤ ਹੈ ਨਿਸ਼ਾਨ ਭੁੱਲਰ ਜੀ ਅੱਜ ਲਾਈਵ ਸਾਡੇ ਨਾਲ। ਤੁਸੀਂ ਸ਼ਹੀਦ ਭਗਤ ਸਿੰਘ ਦੀ ਗੱਲ ਕੀਤੀ ਅੱਜ ਜੀ ਜੀ ਜੀ। ਹੈਲੋ ਜੀ ਜੀ ਜੀ, ਤੁਸੀਂ ਪਲੀਜ਼ ਟੀਵੀ ਦੀ ਵੋਲਿਊਮ ਨੂੰ ਜ਼ਰਾ ਬੰਦ ਕਰ ਦਿਓਗੇ ਤਾਂ ਹੀ ਸਾਡਾ ਰਾਬਤਾ ਹੋ ਸਕੇਗਾ। ਮੈਂ ਤਾਂ ਬੰਦ ਕੀਤੀ ਹੋਈ ਹੈ, ਪਰ ਤੁਹਾਡਾ ਨਹੀਂ ਗੱਲ ਹੋਈ ਤਦੇ ਕਿਹਾ। ਮੈਂ ਇਹ ਕਹਿਣਾ ਕਿ ਤੁਸੀਂ ਸ਼ਹੀਦ ਭਗਤ ਸਿੰਘ ਦੀ ਗੱਲ ਕੀਤੀ ਅੱਜ ਜੀ ਜੀ। ਉਹ ਮੇਰੇ ਬਿਲਕੁਲ, ਮੈਂ ਨਵੇਂ ਸ਼ਹਿਰ ਦੇ ਰਹਿਣ ਵਾਲਾ, ਉੱਥੋਂ 7-8 ਕਿਲੋਮੀਟਰ ਦੂਰ ਖੜਕੜ ਕੱਲਾਂ ਦੇ ਰਹਿਣ ਵਾਲੇ ਸੀਗੇ ਜੀ। ਪਰ ਅਗਰ ਅਸੀਂ ਉਹਨਾਂ ਦੀ ਸੋਚ ਦੇ ਉੱਤੇ ਜੀ, ਉਹਨਾਂ ਦੀ ਪਹਿਚਾਣ ਦੇ ਉੱਤੇ ਜੀ, ਉਹਨਾਂ ਦੇ ਦਾਅਵੇਦਾਰੀ ਦੇ ਉੱਤੇ, ਉਹਨਾਂ ਦੇ ਦ੍ਰਿੜ ਨਿਸ਼ਚੇ ਦੇ ਉੱਤੇ, ਉਹਨਾਂ ਦੀ ਲਲਕਾਰ ਦੇ ਉੱਤੇ ਅਸੀਂ ਚੱਲੀਏ ਬਾਂਹ ਖੜੇ ਕਰਕੇ, ਤੇ ਸਾਡੇ ਵੱਲ ਨੂੰ ਉਂਗਲੀ ਕਰਨੇ ਵਾਲਾ ਕੋਈ ਨਹੀਂ ਹੈ। ਬਿਲਕੁਲ ਜੀ, ਬਿਲਕੁਲ ਜੀ, ਸਹੀ ਗੱਲ ਹੈ। ਸਾਨੂੰ ਲੋੜ ਆ, ਸਾਡੀ ਕੌਮ ਨੂੰ ਲੋੜ ਆ, ਸਾਡੇ ਹਰ ਇੱਕ ਬੰਦੇ ਨੂੰ। ਮੈਂ ਇਹ ਕੌਮ ਦੇ ਵਿੱਚ ਲਿਆ ਕੇ ਜਾਤ ਬਾਤ ਨੂੰ ਵਿਵਾਦ ਚ ਨਹੀਂ ਲਿਆਉਣਾ ਚਾਹੁੰਦਾ। ਮੈਂ ਇਹ ਕਹਿੰਦਾ ਸਾਨੂੰ ਲੋੜ ਆ ਕਿ ਉਸ ਉਹੋ ਜਿਹੇ ਬੰਦੇ ਦੇ ਪਿੱਛੇ ਲੱਗ ਕੇ ਆਪਾਂ ਆਪਣਾ ਝੰਡਾ ਖੜਾ ਕਰੀਏ, ਤਾਂ ਕਿ ਅਸੀਂ ਕਿਤੇ ਇੱਜ਼ਤ ਮਾਣ ਕਮਾਈਏ। ਬਿਲਕੁਲ ਜੀ, ਥੈਂਕ ਯੂ ਸੋ ਮਚ ਫਾਰ ਕਾਲਿੰਗ, ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲ ਕਰਕੇ ਔਰ ਕਾਫੀ ਮੋਟੀਵੇਸ਼ਨਲ ਇਹਨਾਂ ਨੇ ਗੱਲ ਕੀਤੀ ਹੈ। ਖੈਰ, ਮੈਂ ਜਾਂਦੇ ਜਾਂਦੇ, ਸਾਡਾ ਪ੍ਰੋਗਰਾਮ ਹੁਣ ਖਤਮ ਕਰਨ ਦਾ ਵਕਤ ਆ ਗਿਆ, ਮੈਂ ਚਾਹੁੰਦੀ ਹਾਂ ਕਿ ਕੁਝ ਲਾਈਨਾਂ ਤੁਸੀਂ ਆਪਣੀ ਮਨ ਪਸੰਦੀਦਾ ਜ਼ਰੂਰ ਸਾਡੇ ਦਰਸ਼ਕਾਂ ਨੂੰ ਸੁਣਾ ਦਿਓ। ਮੈਂ ਇੱਕ ਛੱਲਾ ਕਰ ਰਿਹਾ ਜੀ, ਮੈਂ ਤੇ ਕਿਸਾਨ ਦੇ ਹੈ, ਇਦਾਂ ਦਾ ਹੀ ਹੈ ਛੱਲਾ। ਛੱਲਾ ਤਾਂ ਅਸੀਂ ਤਰ੍ਹਾਂ ਫਿਰਦਾ ਵਿਚਾਰਾ ਕਦੇ ਕਿਤੇ, ਸਹੀ ਗੱਲ ਹੈ ਜੀ, ਅੱਜ ਕੱਲ੍ਹ ਛੱਲਾ ਤਾਂ। ਤੇ ਕਿਸਾਨ ਦੇ ਉੱਤੇ ਛੱਲਾ ਕੀਤਾ ਜੀ, ਉਹ ਮੈਂ ਤੁਹਾਨੂੰ ਦੋ ਲੈਣਾ ਮੈਂ ਤੁਹਾਡੀ ਨਜ਼ਰ ਕਰੂੰਗਾ। ਹੋ ਛੱਲਾ ਮਿੱਟੀ ਜਾਇਆ, ਛੱਲਾ ਮਿੱਟੀ ਜਾਇਆ, ਓਏ ਹੱਥ ਕੁਝ ਨਾ ਆਇਆ, ਓਏ ਕਰਜ਼ੇ ਮਾਰ ਮੁਕਾਇਆ, ਓਏ ਗੱਲ ਸੁਣ ਛੱਲਿਆ,
ਉਹ ਗੱਲ ਸੁਣ ਛੱਲਿਆ ਡੁੱਲ ਗਿਆ ਓਏ ਦਾਤਾ ਮੰਡੀਆਂ ਚ ਰੁਲ ਗਿਆ ਉਹ ਛੱਲਾ ਪਾਣੀ ਦੀਵਾਰੀ ਛੱਲਾ ਪਾਣੀ ਦੀਵਾਰੀ ਓਏ ਪੋਏ ਵਿਕ ਗਈ ਸਾਰੀ ਕਿਸ਼ਤ ਨਾ ਜਾਏ ਉਤਾਰੀ ਓਏ ਗੱਲ ਸੁਣ ਛੱਲਿਆ ਉਹ ਗੱਲ ਸੁਣ ਛੱਲਿਆ ਤਾਇਆ ਓਏ ਗੱਲ ਸੁਣ ਛੱਲਿਆ ਤਾਇਆ ਓਏ ਜੱਟ ਦੀ ਜੂਨੇ ਕਿਉਂ ਆਇਆ ਉਹ ਛੱਲਾ ਕੱਟਦੈ ਤੰਗੀਆਂ ਛੱਲਾ ਕੱਟਦੈ ਤੰਗੀਆਂ ਓਏ ਕਣਕਾਂ ਸੋਨੇ ਰੰਗੀਆਂ ਫੇਰ ਕਿਉਂ ਸੂੜੀ ਟੰਗੀਆਂ ਓਏ ਗੱਲ ਸੁਣ ਛੱਲਿਆ ਉਹ ਗੱਲ ਸੁਣ ਛੱਲਿਆ ਲੋਕਾਂ ਓਏ ਲੁੱਟ ਕੇ ਖਾ ਗਈਆਂ ਜੋਕਾਂ ਕਿਆ ਬਾਤ ਹੈ ਬਹੁਤ ਅਸੀਂ ਐਪਰੀਸ਼ੀਏਟ ਕਰਦੇ ਹਾਂ ਤੁਹਾਡੇ ਗੀਤ ਜਿਹੜੇ ਨੇ ਉਹ ਵਾਕਈ ਸੁਰੀਲੇ ਵੀ ਤੁਸੀਂ ਬਹੁਤ ਹੋ ਔਰ ਨਾਲ ਹੀ ਤੁਹਾਡੇ ਗੀਤ ਜਿਹੜੇ ਨੇ ਉਹ ਕਾਬਿਲੇ ਤਾਰੀਫ ਵੀ ਨੇ ਸਾਡੇ ਪੰਜਾਬੀ ਕੌਮ ਨੂੰ ਬਹੁਤ ਜ਼ਿਆਦਾ ਪਸੰਦ ਆਏ ਪਹਿਲੇ ਗੀਤ ਵੀ ਅਤੇ ਇਹ ਵੀ ਜ਼ਰੂਰ ਪਸੰਦ ਆਉਣ ਔਰ ਸਾਡਾ ਪ੍ਰੋਗਰਾਮ ਤਾਂ ਜੀ ਤੁਹਾਨੂੰ ਸਾਰਿਆਂ ਨੂੰ ਬਹੁਤ ਜ਼ਿਆਦਾ ਹੀ ਪਸੰਦ ਹੈ ਸੋ ਇੱਕ ਵਾਰੀ ਫਿਰ ਮੈਂ ਗੁਲਾਬੋ ਸਿੱਧੀ ਪੰਜਾਬੋ ਇੱਕ ਵਾਰ ਫਿਰ ਬਹੁਤ ਬਹੁਤ ਥੈਂਕਸ ਕਰਦੀ ਹਾਂ ਨਿਸ਼ਾਨ ਭੁੱਲਰ ਜੀ ਦਾ ਸਾਡੇ ਸ਼ੋਅ ਵਿੱਚ ਆਉਣ ਲਈ ਅਤੇ ਨਾਲ ਹੀ ਤੁਹਾਨੂੰ ਸਾਰਿਆਂ ਨੂੰ ਕਹਿੰਦੀ ਹਾਂ ਹੁਣ ਮੈਨੂੰ ਜਾਣਾ ਪਏਗਾ ਅਤੇ ਮੈਨੂੰ ਜਾਣ ਦਿਓ ਪਰ ਅਗਲੇ ਪ੍ਰੋਗਰਾਮ ਦੇ ਵਿੱਚ ਵਾਪਸ ਆਉਣ ਦਿਓ ਮੈਂ ਗੁਲਾਬੋ ਲੈ ਕੇ ਪ੍ਰੋਗਰਾਮ ਗੱਲਾਂ ਵਿੱਚ ਗੁਲਾਬੋ ਇੱਕ ਵਾਰ ਫਿਰ ਹੋ ਜਾਵਾਂਗੀ ਹਾਜ਼ਰ ਨਾਜ਼ਰ ਉਦੋਂ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਯਾਨੀ ਗਲੋਬਲ ਪੰਜਾਬ ਟੀਵੀ ਦੇ ਸਾਰੇ ਦਰਸ਼ਕਾਂ ਨੂੰ ਮੇਰੇ ਔਰ ਨਿਸ਼ਾਨ ਭੁੱਲਰ ਜੀ ਵੱਲੋਂ ਸਤਿ ਸ਼੍ਰੀ ਅਕਾਲ। We'll be right back.